ਲਾਹੌਰ ਕਿਲ੍ਹੇ ਵਿੱਚ ਮਹਾਰਾਣਾ ਰਣਜੀਤ ਸਿੰਘ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਜੋ ਮਹਾਰਾਣੀ ਜਿੰਦਾ ਹਵੇਲੀ ਦੇ ਨੇੜੇ ਹੈ। ਇਹ ਸਮਾਰੋਹ ਮਹਾਰਾਣਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਸੈਰ ਸਪਾਟਾ ਪੰਜਾਬ ਰਾਜਾ ਜਾਸਰ ਸਨ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਸ਼ਾਹੀ ਕਿਲ੍ਹੇ ਮੌਜੂਦ ਹਾਂ। ਅੱਜ ਸਾਡੇ ਯੂਕੇ ਤੋਂ ਇੱਕ ਸਿੱਖ ਬ੍ਰਦਰ ਨੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਟੈਚੂ ਹੈ ਉਹ ਇੱਥੇ ਨਿਸਬ ਕੀਤਾ ਹੈ। ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਜਿਹੜਾ ਇਨੀਸ਼ੀਏਟਿਵ ਲਿਆ ਹੈ। ਹਕੂਮਤ ਪਾਕਿਸਤਾਨ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ, ਉਹਨਾਂ ਨੂੰ GIM ਕਹਿੰਦੀ ਹੈ। ਅਤੇ ਅੱਜ ਮੈਂ ਮਹਿਸੂਸ ਕਰਦਾ ਇਹ ਬਹੁਤ ਹੀ ਵੱਡਾ ਦਿਨ ਹੈ ਜੋ ਇਹਨਾਂ ਨੇ ਕੰਮ ਕੀਤਾ ਹੈ। ਪਹਿਲੇ ਹੀ ਤੁਹਾਨੂੰ ਪਤਾ ਕਿ ਸਿੱਖ ਇਤਿਹਾਸ ਪੂਰੇ ਲਾਹੌਰ ਵਿੱਚ ਤੁਹਾਡਾ ਲਾਹੌਰ ਭਰਿਆ ਹੋਇਆ ਸਿੱਖ ਇਤਿਹਾਸ ਨਾਲ। ਪਰ ਅੱਜ ਇੱਕ ਹੋਰ ਚੀਜ਼ ਐਡ ਹੋ ਗਈ। ਅੱਜ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਇਹ ਚੀਜ਼ ਨਹੀਂ ਸੀ ਜਿਹੜਾ ਅੱਜ ਹੋਇਆ ਹੈ। ਮੈਂ ਇੱਕ ਵਾਰੀ ਫਿਰ ਜਿਹੜੀ ਵੀ ਸਿੱਖ ਸੰਗਤਾਂ ਇੱਥੇ ਚਾਹੇ ਭਾਰਤ ਤੋਂ ਜਾਂ ਹੋਰ ਸਾਡੇ ਪਾਕਿਸਤਾਨ ਤੋਂ ਵੱਖ ਵੱਖ ਕੋਨਿਆਂ ਤੋਂ, ਮੈਂ ਸਾਰਿਆਂ ਨੂੰ GIM ਕਹਿੰਦਾ। ਮੈਂ ਸਮਝਦਾ ਹਾਂ ਕਿ ਵਾਰਡ ਸਿਟੀ ਅਥਾਰਿਟੀ ਨੇ ਬਹੁਤ ਅੱਛਾ ਇਕਦਾਮ ਕੀਤਾ ਹੈ ਕਿ ਜੋ ਇਹ ਮਹਾਰਾਜਾ ਰਣਜੀਤ ਸਿੰਘ ਦਾ ਯਹਾਂ ਪੇ ਮੁਜੱਸਮਾ ਲਗਾਇਆ। ਬੇਸਿਕਲੀ ਜੋ ਸਿੱਖ ਟੂਰਿਸਟ ਆਤੇ ਹੈ ਉਨਕੇ ਲੀਏ ਇਹ ਇੱਕ ਉਨਕਾ ਹੀਰੋ ਹੈ ਮਹਾਰਾਜਾ ਰਣਜੀਤ ਸਿੰਘ। ਜਿਸ ਤਰ੍ਹਾਂ ਸਲਾਹਉਦੀਨ ਅਯੂਬੀ ਹਮਾਰਾ ਹੀਰੋ ਹੈ, ਜਾਂ ਜਿਸ ਤਰ੍ਹਾਂ ਸਪੇਨ ਜਾਤੇ ਹੈ ਤੋ ਅਲਮਰਾ ਜਾ ਕੇ ਉਸਕੋ ਓਨ ਕਰਤੇ ਹੈ, ਇਸੀ ਤਰ੍ਹਾਂ ਸਿੱਖੋਂ ਕੀ ਜੋ ਓਨਰਸ਼ਿਪ ਹੈ ਵੋ ਜਾਣਦੇ ਹੈ। ਚਾਹੇ ਵੋ ਇਸ ਜ਼ਾਹਿਰ ਹੈ ਹਮਾਰੇ ਮੁਲਕ ਇਲਾਦਾ ਹੋ ਚੁੱਕੇ ਹੈ, ਲੇਕਿਨ ਉਨਕਾ ਇੱਕ ਕਨੈਕਟ ਹੈ ਯਹਾਂ ਸੇ ਔਰ ਉਨਕਾ ਰਿਲੀਜੀਅਸ ਵੀ ਔਰ ਹਿਸਟੋਰੀਕਲ ਵੀ। ਤੋ ਹਮੇ ਯੇ ਜੋ ਹਮ ਉਸਕੋ ਜਿਤਨਾ ਅੱਛਾ ਮਾਰਕੀਟ ਕਰੇਂਗੇ ਹਮਾਰੇ ਲਈ ਉਤਨਾ ਬਿਹਤਰ ਹੈ। ਔਰ ਉਸਸੇ ਹਮ ਬੇਸਿਕਲੀ ਹਮਾਰਾ ਜੋ ਪ੍ਰੋਜੈਕਟ ਹੈ ਟੂਰਿਜ਼ਮ ਫੋਰ ਇਕਨੋਮਿਕ ਗ੍ਰੋਥ ਕਾ, ਉਸਕੇ ਲੀਏ ਸੰਗੇ ਮੇਲ ਸਾਬਿਤ ਹੋ।